ਪੰਜਾਬ ਵਿੱਚ ਪੁਲਿਸ ਅਤੇ ਸਰਕਾਰ ਭਾਵੇਂ ਕਿੰਨਾ ਹੀ ਕਾਨੂੰਨ ਵਿਵਸਥਾ ਦਾ ਦਮ ਭਰਦੀ ਹੋਵੇ, ਪਰ ਆਏ ਦਿਨ ਵਾਪਰ ਰਹੀਆਂ ਵਾਰਦਾਤਾਂ ਨੇ ਇਹਨਾਂ ਦਾਅਵਿਆਂ ਦੀ ਪੋਲ ਖੁੱਲ ਕੇ ਰੱਖ ਦਿੱਤੀ ਹੈ। ਅਜਿਹਾ ਹੀ ਮਾਮਲਾ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਚ ਸਾਹਮਣੇ ਆਇਆ, ਜਿੱਥੇ ਚੋਰਾਂ ਨੇ ਇੱਕ ਫਾਸਟ ਫੂਡ ਦੀ ਦੁਕਾਨ ਤੇ ਰਾਤ ਸਮੇਂ ਤਾਵਾ ਅਤੇ ਦੁਕਾਨ ਦੇ ਕਾਊਂਟਰ ਚ ਪਈ ਕਰੀਬ 1 ਲੱਖ ਰੁਪਏ ਦੀ ਨਕਦੀ ਤੇ ਹੱਥ ਸਾਫ਼ ਕਰ ਰਫੂ ਚੱਕਰ ਹੋ ਗਏ। ਉਦੋਂ ਚੋਰੀ ਕਰਨ ਆਏ ਚੋਰਾਂ ਵਿੱਚ ਇੱਕ ਦਾ ਚਿਹਰਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਝਟਪਟ ਕਾਰਵਾਈ ਕਰਦਿਆਂ 2 ਚੋਰਾਂ ਨੂੰ ਕਾਬੂ ਵੀ ਕਰ ਲਿਆ। ਪੁਲਿਸ ਮੁਤਾਬਕ ਫੜੇ ਗਏ ਚੋਰਾਂ ਵਿੱਚੋਂ 1 ਦੁਕਾਨ ਤੇ ਹੀ ਕੰਮ ਕਰਦਾ ਸੀ, ਜਿਸ ਨੇ ਕਾਊਂਟਰ ਚ ਪਏ ਪੈਸਿਆਂ ਦੀ ਇਤਲਾਹ ਹੋਰ ਚੋਰਾਂ ਨੂੰ ਦਿੱਤੀ ਸੀ। ਬਿਲਕੁਲ ਜੀ, ਅੱਜ ਕੰਪਲੇਂਟ ਆਈ ਸੀਗੀ ਸਵੇਰੇ ਤਕਰੀਬਨ 11 ਵਜੇ, ਠੀਕ ਹੈ, ਸੁਭਾਸ਼ ਚੰਦਰ ਪੁੱਤਰ ਮੁਲਕ ਰਾਜ, ਰੈਜੀਡੈਂਟ ਆਫ ਵਾਰਡ ਨੰਬਰ 5 ਤਲਵੰਡੀ ਭਾਈ, ਇਹਨਾਂ ਦੀ ਦੁਕਾਨ ਹੈਗੀ ਫਾਸਟ ਫੂਡ ਸੈਂਟਰ ਦੀ, ਜਿਹਦੇ ਵਿੱਚ ਇਹਨਾਂ ਨੇ ਆਪਦੇ ਦਰਾਜ ਦੇ ਵਿੱਚ 1,05,000 ਰੁਪਈਆ ਜਿਹੜਾ ਗਿਣ ਕੇ ਉਹਨਾਂ ਨੇ ਰੱਖਿਆ ਹੋਇਆ ਸੀਗਾ, ਜੋ ਰਾਤ ਨੂੰ ਕੋਈ ਅਣਜਾਣ ਜਿਹੜਾ ਚੋਰ ਸੀਗਾ ਉਹ ਆਇਆ ਅਤੇ ਆ ਕੇ ਉਹਨੇ ਉਹਨਾਂ ਦੇ ਗੱਲੇ ਵਿੱਚੋਂ 1,05,000 ਦੀ ਨਕਦੀ ਜਿਹੜੀ ਹੈ ਚੋਰੀ ਕਰਕੇ ਲੈ ਗਿਆ। ਕੰਪਲੇਂਟ ਆਉਣ 'ਤੇ ਉਹਨਾਂ ਦਾ ਬਿਆਨ ਲਿਖ ਕੇ ਅਸੀਂ FIR ਦਰਜ ਕੀਤੀ ਅਤੇ ਅੱਗੇ ਪੜਤਾਲ ਕੀਤੀ, ਅਤੇ ਉਹਨਾਂ ਨੇ ਉੱਥੇ CCTV ਕੈਮਰੇ ਲਾਏ ਹੋਏ ਸੀਗੇ, ਜਿਹਦੇ ਵਿੱਚ ਚੋਰ ਦੀ ਸਾਫ਼ ਪਛਾਣ ਹੁੰਦੀ ਸੀ ਵੀ ਇਹ ਕੌਣ ਹੈ, ਜਿਹਨੂੰ ਇਹ ਪਛਾਣ ਕੇ ਅਤੇ ਉਹਨੂੰ ਕਾਬੂ ਕੀਤਾ ਗਿਆ। ਜਿਹਨੇ ਦੱਸਿਆ ਵੀ ਇਹਨਾਂ ਦਾ ਇੱਕ ਨੌਕਰ ਜਿਹੜਾ ਲਵਪ੍ਰੀਤ ਲੱਭਾ, ਉਹ ਵੀ ਇਸ ਚੋਰੀ ਦੇ ਵਿੱਚ ਉਹਨੂੰ ਦੱਸਣ ਦਾ ਜਿਹੜਾ ਗੁਨਾਹਗਾਰ ਪਾਇਆ ਗਿਆ। ਹਾਂਜੀ, ਇਹਦੇ 'ਚ ਅਸੀਂ 457-380 IPC ਵਿੱਚ ਪਰਚਾ ਦਰਜ ਕੀਤਾ ਅਤੇ ਅੱਗੇ ਫਰਦਰ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਾਰੀ। ਦੁਕਾਨ ਮਾਲਕ ਉਹ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਤੇ ਜਦ ਉਹਨਾਂ ਸਵੇਰਾ ਕੇ ਵੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਮਿਲਿਆ, ਜਿਸ ਤੋਂ ਬਾਅਦ ਉਹਨਾਂ ਤੁਰੰਤ ਘਟਨਾ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਕੈਮਰੇ ਦਾਰਾ ਕੱਟ ਕੇ ਫਿਰ ਉਹਨੇ ਜਿੰਦਰਾ ਭੰਨਿਆ ਫਿਰ ਸਾਡੀ ਦੁਕਾਨ ਦਾ, ਜਿੰਦਰਾ ਭੰਨ ਕੇ ਫਿਰ ਉਹਨੇ ਅੰਦਰ ਜਿਹੜੇ ਪੈਸੇ ਪੂਸੇ ਸਾਰੇ ਕੱਢ ਕੇ ਲੈ ਗਿਆ ਰਾਤੀ। ਕਿੰਨੇ ਪੈਸੇ ਲੈ ਕੇ ਗਏ? ਹੈਂ, ਕਿੰਨੇ ਪੈਸੇ? ਪੈਸੇ ਲੈ ਸੀਗੇ 1,35,000 ਰੁਪਈਆ। ਠੀਕ ਹੈ। ਕੁਛ ਜਿਹੜਾ ਸਾਡਾ ਵੀ ਨੁਕਸਾਨ ਕੁਲਫੀਆਂ ਵਗੈਰਾ ਦਾ ਕਰਕੇ ਫਰਿੱਜ ਰਾਤ ਬੰਦ ਕਰ ਗਿਆ, 17-18,000 ਰੁਪਏ ਮਾਲ ਪਿਆ ਸੀ ਵਿੱਚ, ਉਹ ਵੀ ਸਾਰਾ ਕੰਮ ਖਤਮ ਹੋ ਗਿਆ ਵਿੱਚ ਹੀ, ਉਸ ਤੋਂ ਬਾਅਦ ਸਾਨੂੰ 1,000 ਰੁਪਏ। ਫਿਰੋਜ਼ਪੁਰ 'ਚ ਹੋਈ ਇਸ ਚੋਰੀ ਦੀ ਘਟਨਾ ਨੂੰ ਪੁਲਿਸ ਨੇ CCTV ਦੀ ਮਦਦ ਨਾਲ ਸੁਲਝਾ ਲਿਆ, ਪਰ ਇਸ ਦੇ ਬਾਵਜੂਦ ਵੀ ਜ਼ਿਲ੍ਹੇ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਚੋਰਾਂ ਦੇ ਹੌਸਲੇ 7ਵੇਂ ਆਸਮਾਨ 'ਤੇ ਨੇ। ਇਸ ਨੂੰ ਚੋਰਾਂ ਦਾ ਅੰਤ ਕਹਿ ਲਵੋ ਜਾਂ ਫਿਰ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਤੇ ਢਿੱਲਾਪਣ, ਪਰ ਲੋਕਾਂ ਵਿੱਚ ਚੋਰਾਂ ਦੇ ਆਤੰਕ ਕਾਰਨ ਆਮ ਲੋਕਾਂ ਵਿੱਚ ਹਮੇਸ਼ਾ ਡਰ ਦਾ ਮਾਹੌਲ ਬਣਿਆ ਹੀ ਰਹਿੰਦਾ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।